بدست دعا و رحمت خدا بسم اللہ الرحمن الرحیم بابا جی بلند صلوات پڑھ دیجیے جی دعا ہے میرا مالک جتنے حضرات ذکر پاک تشریف فرما ذکر دے صدقہ پنج بارہ چوراں دے صدقہ ذکر پاک چٹوڑیا مالک منظور تے مقبول فرما میرے انتہائی واجب احترام بانیاں دے پرخلوص سے تمام خرچہ خراجات لنگر نیاز بارہ ہادی اپنے دربار وچ منظور تے مقبول فرما میرا مالک جتنے حاضر ان گناہ معاف فرما مرحومین دے درجات بلند فرما ذاکرین دا پڑھیا حاضرین دا سنیا خصوصی بارگاہ وچ منظور تے مقبول فرما حاضرین دی توفیقات وچ معرفت وچ اضافہ فرما میرا مالک انہاں کسے دا محتاج نہ کرے انہاں دیاں زندگیاں دراز فرما مالک ساڈی وی زندگی دراز فرما تمام آزاداراں دے بھائیاں دی گھراں دی حفاظت فرما اس نازک آشوب دورے چ ہر شریف دی بیٹی دی عزت محفوظ فرما ذکر دے صدقہ مالک بیٹیاں دے نصیب اچھے فرما کوئی بے اولاد ہے حسین دا واسطہ جس بی بی وعدہ کیتا ہا حسین جے تائیں جی ساں نہ ٹھنڈا پانی پی ساں میں تیرے نال وعدہ کریں دی پیاں نہ چھاں تے باساں مالک حیاتیاں لے ماتمی فرزند عطا فرما جڑے بیمار ہیں اس بیمار قیدی دا واسطہ جدے کول دربار وچ بہن پوچھدی آئی سجاد 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 میں تیری بہن ہاں دس نہ یہ پکھی کن پہ وین میری کوئی ذاکری نہیں تھوڑے اپنے دل دا درد میں دو وین کرنے جتنا میں وقت ملے میں اس تو پہلے اپنے بھائی ممبر دساں گردیزی صاحب دا حکم ہے جناب محمد علی صاحب بھائی نے میرے میں کافی سفر کر کے حاضر ہوئے ہیں بس تسی ویکھنا میرے حال چلا دنیا دے کسے غم وچ نہ رہو پوچھ دی آئی پکھے کن پہ وینے بیمار دی رت ود پویا رو کے آکھے نہ روزی دی تلاش ملتان والے شام ہوا تے اوے پکھی ہٹے نہ ہاتھ جڑ بنجے نہ حسین دی زخمی کرنا لی دھی دے نکے نکے ہاتھ بن کے پوچھ دیے سجاد ہوں دس نہ ہوں کن پہن روکی آخیا ہوں وہدے پہ نہیں اپنے اپنے گھروں مالک ہائے قبول فرماوی چلا حسین دے غم تو علاوہ کوئی غم نہ ویکھو ہاتھ بن کے ادی جان دیا بیمار ہیں وت میرے سوالوں تے کوئی ڈھیر بیمار کی امام دا پتر انصاف کر کیسا انصاف بی بی ادی تم مردیں میں مستور ہاں
ਜਿਹੜਾ ਬੰਦਾ ਜੇ ਵੀ ਹਜੇ ਨਹੀਂ ਕਰ ਸਕਿਆ, ਹੁਸੈਨ ਦੀ ਧੀ ਪਈਆ ਦੀ ਇਹ ਤੂੰ ਕਹਿ ਦੀਏ ਅਤੇ ਮੈਂ ਕਹਿ ਦੇਣਾ, ਅਗਲੀ ਗੱਲ ਇਸ ਤੋਂ ਵੱਡੀ ਬੀਬੀ ਅਦੀ ਤੂੰ ਸ਼ਬੀਰ ਦਾ ਪੁੱਤਰ ਹੈ ਮੈਂ ਧੀ ਹਾਂ, ਇੱਕ ਸਵਾਲ ਦਾ ਜਵਾਬ ਦੇ ਵੱਤ ਨਾ ਪੁੱਛੋ। ਸਈਦ ਉਲ ਸਾਜਦੀਨ ਦੀ ਰੱਤ ਵੱਧ ਪਈ ਅਤੇ ਅਦੇ ਪੈਨ ਪੁੱਛ ਨਾ ਮੇਰੀ ਕਹਿ ਦੇਣ ਭੈਣ, ਬੀਬੀ ਅਦ ਨਹੀਂ ਉਸ ਸਵਾਲ ਦਾ ਜਵਾਬ ਦੇ, ਪੱਖੀਆਂ ਦੇ ਵੀ ਘਰ ਹੁੰਦੇ ਨੇ ਕਦੀ ਮੈਂ ਵੀ ਘਰ ਵੈਸਾ, ਰੋ ਰੋ ਕੇ ਪਿਆਦਾ ਹਰ ਕੈ ਵਲਣਾ ਤੇਰੀ ਕਬਰ ਸ਼ਾਮ, ਛਲਾ ਦੁਨੀਆਂ ਦੇ ਕਿਸੇ ਗਮ ਤੋਂ ਨਾ ਹਾਏ ਕਰੋ, ਇੱਥੇ ਵੀ ਛੋੜ ਦੇਵਾਂ ਅਤੇ ਮਜਲਿਸ ਪੂਰੀ ਹੈ, ਤੁਸੀਂ ਐਡੀ ਸੋਹਣੀ ਹਾਏ ਕੀਤੀ, ਛਲਾ ਜ਼ਿੰਦਗੀ 'ਚ ਦੁਨੀਆਂ ਦੇ ਕਿਸੇ ਗਮ 'ਚ ਹਾਏ ਨਾ ਕਰੋ। ਰੋਜ਼ ਹੀ ਸੁਣਦੇ ਹੋ ਜ਼ਾਕਰੀਨ ਕੋਲ ਬਈ ਇਤਨੀ ਹਾਏ ਕਰੀ ਜੋ ਨਾਲ ਅਲਾ ਗਵਾਹ ਬਣ ਜਾਵੇ, ਉਹ ਇਸ ਵਜ੍ਹਾ ਤੋਂ ਵਰਜ ਕਰਦੇ ਨੇ ਬਈ ਹਾਏ ਬੰਦੇ ਦੇ ਵੱਸ ਵਿੱਚ ਹੁੰਦੀ ਹੈ, ਹੰਝ ਨਹੀਂ ਆਉਂਦੀ ਨਾ ਤਾਂ ਬੰਦਾ ਹੰਝ ਪਿੰਨ ਲੈਂਦਾ। ਆਓ ਬਿਸਮਿਲ੍ਲਾ, ਵਾਹ ਜੀ ਬਿਸਮਿਲ੍ਲਾ, ਮੇਰੇ ਬੜੇ ਭਾਈ ਹਨ ਮਾਲਕ ਸਾਇਆ ਕਾਇਮ ਰੱਖੇ, ਮਾਲਕ ਮੋਹਰ ਵਾਲੇ ਜ਼ਾਕਰ ਮੇਰੇ ਤੋਂ ਸੀਨੀਅਰ, ਦੁਨੀਆਂ ਦੇ ਹਰ ਜ਼ਾਕਰ ਆਖਿਆ ਇਤਨੀ ਹਾਏ ਕਰੀ ਨਾਲ ਅਲਾ ਗਵਾਹ ਬਣ ਜਾਵੇ, ਤੁਹਾਡੇ ਨੌਕਰ ਦੁਨੀਆਂ ਦੇ ਹਰ ਮੈਂਬਰ 'ਤੇ ਅਰਜ਼ ਕੀਤਾ ਇਤਨੀ ਹਾਈ ਕਰੀ ਬਾਹਰ ਪਤਾ ਲੱਗੇ ਕੋਈ ਜਨਾਜ਼ਾ ਉੱਠਦਾ ਪਿਆ, ਉਸਦੀ ਵਜ੍ਹਾ ਜਨਾਜ਼ੇ ਕੋਈ ਘਰ ਮੌਤ ਤੋਂ ਖਾਲੀ ਨਹੀਂ, ਜਨਾਜ਼ੇ ਉਹ ਚੰਗੇ ਹੁੰਦੇ ਨੇ ਜਿਨ੍ਹਾਂ ਜਨਾਜ਼ਿਆਂ ਨਾਲ ਕੋਈ ਰੋਵਣ ਵਾਲਾ, ਜਿਸ ਜਨਾਜ਼ੇ ਨਾਲ ਰੋਣ ਵਾਲਾ ਕੋਈ ਨਾ ਹੋਵੇ, ਲੋਕ ਪੁੱਛਦੇ ਨੇ ਇਸ ਦਾ ਕਰੀਬ ਵੀ ਕੋਈ ਨਹੀਂ, ਇਹ ਬੇਵਾਰਿਸ ਜਨਾਜ਼ੇ ਇਹ ਹਾਇ ਕਰਨ ਵਾਲੇ, ਆਪਣੇ ਮਕਾਮ ਦਾ ਪਤਾ ਚੱਲ ਜਾਵੇ ਨਾ ਮਾਤਮੀ ਨੂੰ, ਮੋਮਿਨ ਨੂੰ, ਅਜ਼ਾਦਾਰ ਨੂੰ, ਸਜਦੇ 'ਚੋਂ ਸਿਰ ਹੀ ਨਾ ਚਾਵੇ, ਜਦੋਂ ਤੁਸੀਂ ਹਾਇ ਕਰਦੇ ਹੋ ਨਾ ਤਾਂ ਪਰਦੇ 'ਚ ਆਈ ਹੋਈ ਹੈ ਕਹਿ ਦੇਣ ਧੀ, ਕਹਿ ਦੇਣ ਮਾਂ ਤੋਂ ਵੇਖਿਆ ਦੀ ਅੰਮਾ ਇੰਜੋ ਪੈ ਰੋਂਦੇ ਨੇ, ਦੱਸੋ ਨਾ ਸਾਡੇ ਕੀ ਲੱਗਦੇ ਨੇ, ਅਤੇ ਬੀਬੀ ਪਾ ਕਰੋ ਕਿਆ ਦਿਨ ਤਾਂ ਨਹੀਂ ਪਤਾ ਤੇਰੇ ਪਿਓ ਦੇ ਮਾਤਮਦਾਰ ਹੱਥ ਬਣ ਗਿਆ ਦੀ ਅੰਮਾ ਕਰਬਲਾ ਹੋਏ ਨਾ ਮੇਰਾ ਬਾਬਾ ਇੰਜ ਨਾ ਮਰੀ ਹੋਇਆ, ਤੁਸੀਂ ਇੰਤਜ਼ਾਰ ਨਹੀਂ ਕਰੇ, ਚਲੋ ਦੁਨੀਆਂ ਦੇ ਕਿਸੇ ਕੰਮ ਵਿੱਚ ਨੂੰ ਰੰਮਾ ਇਹ ਕਰਬਲਾ ਹੋਵੇ ਨਾ ਸ਼ਿਮਰ ਮੈਨ ਇੰਜ ਨਾ ਮਾਰੇ, ਬਾਈ ਬਸ਼ੀਰ ਸਾਹਿਬ ਮਾਲਿਕ ਵਾਲੀ ਜ਼ਿੰਦਗੀ ਦਰਾਜ਼ ਫਰਮਾਵੇ, ਸੀਨੀਅਰ ਹੋ, ਵਾਹਿਦ ਦਰਵਾਜ਼ਾ ਕਰੀਮੇ ਕਰਬਲਾ ਦਾ ਜਿੱਥੇ ਵੰਡ ਨਹੀਂ, ਬਈ ਤਾਂ ਸਿਰਫ ਅਮੀਰ ਆ ਸਕਦੇ ਨੇ, ਬਿਲਕੁਲ ਚੋਖੇ ਪੈਸਿਆਂ ਲਾ ਸਕਦਾ ਅਤੇ ਗਰੀਬ ਨਹੀਂ ਆ ਸਕਦਾ, ਜਾਂ ਸੱਯਦ ਆ ਸਕਦਾ ਤਾਂ ਉਮਤੀ ਨਹੀਂ ਆ ਸਕਦਾ, ਜਾਂ ਮੁਸਲਮਾਨ ਆ ਸਕਦਾ ਅਤੇ ਗੈਰ ਮੁਸਲਿਮ ਨਹੀਂ ਆ ਸਕਦਾ, ਇਹ ਕਰੀਮੇ ਕਰਬਲਾ ਦਾ ਮੁਸਲਿਮ ਇਨਸਾਨੀਅਤ ਦਾ ਇਤਨਾ ਵੱਡਾ ਦਰਬਾਰ ਹੈ, ਇੱਥੇ ਹਰ ਕੋਈ ਆ ਸਕਦਾ,
ਇੱਥੇ ਲੋਕ ਇੰਨੇ ਨਹੀਂ ਆਉਂਦੇ, ਇਹ ਦੁਆਵਾਂ ਹਸਰਤਾਂ ਜ਼ਿਹਨ 'ਚ ਰੱਖ ਕੇ ਆਉਂਦੇ। ਮੈਨੂੰ 10 ਤੋਂ 11 ਮਹੀਨੇ ਹੋ ਗਏ ਉਹਨਾਂ ਆਜ਼ਾਦਾਰਾਂ ਵਾਸਤੇ, ਪਰਦੇ ਧੀਆਂ ਭੈਣਾਂ ਮਾਵਾਂ ਵਾਸਤੇ ਜਿਹੜੀਆਂ ਮੰਨਤਾਂ ਮੁਰਾਦਾਂ ਲੈ ਕੇ ਆਉਂਦੀਆਂ ਨੇ, ਆਜ਼ਾਦਾਰ ਸੁੰਨੀ ਸ਼ੀਆ ਭਾਈ ਦੁਆਵਾਂ ਜ਼ਿਹਨ 'ਚ ਰੱਖ ਕੇ ਆਉਂਦੇ ਨੇ। ਜਹਾਨ ਨੇ ਜਿਨ੍ਹਾਂ ਦੀ ਕਬੂਲ ਨਹੀਂ ਹੁੰਦੀ ਉਹ ਹੁਸੈਨ ਦੀ ਮਜਲਿਸ ਗੁਲੇਨ ਦੇ ਵਧੇ ਹੁੰਦੇ ਨੇ, ਉੱਥੇ ਕਬੂਲ ਹੋ ਸੀ, ਕਿਉਂਕਿ ਇਹ ਜ਼ਿਕਰ ਵਸੀਲੇ ਨਿਜਾਤ ਅਤੇ ਉਹਨਾਂ ਦੀ ਦੁਆ ਦੀ ਮੁਸਤਜਾਬੀ ਵਾਸਤੇ ਮੈਂ ਮਕਤਲ ਦੀਆਂ 4 ਸਤਰਾਂ ਪੜ੍ਹੀਆਂ। ਬੜੀ ਰੂਹਾਨੀਅਤ ਹੈ ਜ਼ਿਕਰ ਪਾਕ ਵਿੱਚ। ਮੈਨੂੰ 3ਰਾ ਤੋਂ 4 ਮਿੰਟ ਹੀ ਮੈਂ ਪੜ੍ਹਦੇ ਹਾਂ ਭਾਈ ਜਾਨ। ਆਪਣੀ ਦੁਆ ਜ਼ਿਹਨ 'ਚ ਰੱਖੀ, ਅੱਖਾਂ ਬੰਦ ਰੱਖੀ ਤੀ, ਜ਼ਿਹਨ ਕਰਬਲਾ ਅਤੇ ਸ਼ਾਮ ਹੋਵੇ, ਦੁਆ ਤੇਰੀ ਪੂਰੀ ਨਾ ਹੋਈ। ਹੱਥ ਤੇਰਾ ਗਿਰਬਾਨ ਮੈਂ ਕਾਜ਼ਮੀ ਸੈਯਦ ਦਾ ਸਾਹਿਬ ਮਕਤਲ ਪੇ ਲਿਖ ਦੇਣ, ਕਰਬਲਾ ਤੋਂ ਲੈ ਕੇ ਸ਼ਾਮ ਤੱਕ ਇਹਨਾਂ ਸ਼ਹੀਦਾਂ ਨੂੰ ਬੜਾ ਮਾਰਿਆ। ਸਲਾ ਦੁਨੀਆਂ ਦੇ ਕਿਸੇ ਕੰਮ ਚਾਹੇ ਨਾ ਕਰੋ, ਮਰ ਕਿਸੇ ਵੀ ਨਹੀਂ ਜਾਣਾ, ਨਾ ਕਿਸੇ 'ਤੇ ਜ਼ਾਕਰੀ ਮੁੱਕ ਜਾਂਦੀ ਹੈ, ਮੁੱਕ ਵੰਜੇ ਆ ਸੈਯਦ ਉਲ ਸਾਜਦੀਨ 'ਤੇ ਮੁੱਕ ਜਾਵੇ। ਹਾਂ ਨੌਕਰਾਂ, ਕਰਬਲਾ ਤੋਂ ਲੈ ਕੇ ਸ਼ਾਮ ਤੱਕ ਇਹਨਾਂ ਸ਼ਹੀਦਾਂ ਨੂੰ ਬੜਾ ਮਾਰਿਆ। ਅਗਲੀ 70 ਜ਼ਿੰਦਗੀ ਦਾ ਰੋਵਣ ਹੀ, ਕੋਈ ਐਸਾ ਜ਼ੁਲਮ ਨਹੀਂ ਜਿਹੜਾ ਇਹਨਾਂ ਕਮੀਨਿਆਂ ਸ਼ਹੀਦਾਂ 'ਤੇ ਨਹੀਂ ਕੀਤਾ। ਜ਼ਾਕਰੀਨ ਤੁਹਾਡੇ ਡਰ ਤੋਂ ਨਹੀਂ ਪੜਦੇ, ਜੋ ਮਾਤਮੀ ਬਰਦਾਸ਼ਤ ਨਹੀਂ ਕਰਦੇ, ਡੇਰਾ ਦਿਨ ਸਖਤ ਪੜਿਆਸ ਇੰਜ ਨਸ ਪੜਨਾ। ਬਤ ਮਾਸੂਮ ਫਰਮੈਂਦੇ ਪੈਣ, ਜਿਹੜਾ ਬੰਦਾ ਸਾਡੇ ਜ਼ੁਲਮ 'ਤੇ ਪਰਦਾ ਪੈਂਦੇ ਛੁਪੈਂਦੇ, ਉਹ ਸ਼ਿਮਰ ਦੀ ਹਿਮਾਇਤ ਕਰਦੇ। ਮੈਂ 5ਵੀਂ 7ਵੀਂ ਪੁਸ਼ਤ ਮਜ਼ਲੂਮ ਦਾ ਜ਼ਾਕਿਰਾਂ ਅਤੇ ਮਾਤਮੀ ਦਾ ਨੌਕਰਾਂ। ਹਾਏ ਤੇਰੇ ਮੂੰਹ ਜ਼ਰੂਰ ਹੋਵੇ ਅਗਲੀ 70 'ਤੇ, ਮੈਨੂੰ ਪਤਾ ਲੱਗ ਸੀ ਇਸ ਮਜਮੇ 'ਚ ਧੀ ਕਿਹੜੇ ਕਿਹੜੇ ਕਰ ਰਹੇ। ਕਰਬਲਾ ਤੋਂ ਲੈ ਕੇ ਸ਼ਾਮ ਤੱਕ ਇਹਨਾਂ ਸ਼ਹੀਦਾਂ ਨੂੰ ਬੜਾ ਮਾਰਿਆ, ਪਰ ਇਹਨਾਂ ਹੁਸੈਨ ਦੀ ਧੀ ਨੂੰ ਸਭ ਤੋਂ ਜ਼ਿਆਦਾ ਮੈਂ ਧੀਆਂ ਦੇ ਪਰਦੇ ਕੁਰਬਾਨ। ਇਹਨਾਂ ਬੜਾ ਮਾਰਿਆ ਪਰ ਇਹਨਾਂ ਹੁਸੈਨ ਦੀ ਧੀ ਨੂੰ ਸਭ ਤੋਂ ਜ਼ਿਆਦਾ। ਮੈਂ ਗੱਲ ਪੁੱਤਰ ਦੀ ਨਹੀਂ ਕੀਤੀ, ਮੈਂ ਗੱਲ ਧੀ ਦੀ ਕੀਤੀ, ਕਿਉਂਕਿ ਸ਼ਰੀਫਾਂ ਨੂੰ ਪੁੱਤਰਾਂ ਨਾਲੋਂ ਧੀਆਂ ਦੇ ਦੁੱਖ ਢੇਰ ਹੁੰਦੇ। ਚੱਲ ਕਹਿ ਸ਼ਰੀਫ ਦੀ ਧੀ ਦੁਖੀ ਨਾ ਹੋਵੇ। ਇੱਕ ਮਕਾਮ 'ਤੇ ਸ਼ਿਮਰ 'ਤੇ ਸਵਾਲ ਕੀਤਾ, ਮਾਸੂਮਾ ਬੀਬੀ ਸਾਰਿਆਂ ਨੂੰ ਮਾਰੇ ਹੀ, ਮੈਨੂੰ ਚੋਖਾ ਕਿਉਂ ਮਾਰੇ? ਬੇਗੈਰਤਾ ਦੇ ਦਾ ਮੁਹਰਮ ਆਈ ਤੇ ਮੈਦਾਨ ਕਰਬਲਾ ਆਈ, ਮੈਂ ਕੱਲਾ ਨਮ 9 ਲੱਖ ਵੇਖਣ ਲਈ, ਮੇਰੇ ਹੱਥ 'ਚ ਖੁੰਡਾ ਖੰਜਰ ਆਈ, ਤੇਰੇ ਪਿਓ ਦਾ ਸਰ ਸਜਦੇ 'ਚ ਆਈ, ਮੈਂ ਉਹ ਖੁੰਡਾ ਖੰਜਰ ਚਲੈਂਦਾ ਰਿਹਾ, ਹਜ਼ਾਰਾਂ ਦੇ ਪੁੱਤਰ ਸਜਦੇ 'ਚੋਂ ਸਿਰ ਨਹੀਂ ਚਾਇਆ। ਹੋਵੇ ਮਾਧਵੀ ਤੇ ਹਾਏ ਨਾ ਕਰੇ, ਕਮੀਨਾ ਦਾ ਮੈਂ ਖੰਜਰ ਚਲੈਂਦਾ ਰਿਹਾ, ਜ਼ਹਰਾ ਦੇ ਪੁੱਤਰ ਤਸਬੀ ਨਹੀਂ ਛੋੜੀ, ਸੈਯਦਾ ਦੇ ਬੇਟੇ ਉਫ ਨਹੀਂ ਕੀਤੇ। ਬਗੈਰਾ ਤਾਂ ਦੇਖੋ ਇਤਨਾ ਪਿਆਰ ਹੱਸ ਤੇਰੇ ਨਾਲ, ਜਦੋਂ ਉਹਦੇ ਸਾਹਮਣੇ ਮੈਂ ਤੇਰੇ ਤਮਾਚਾ ਮਾਰੇ ਨਾ, ਖੰਜਰ ਤਲੇ ਗਰਦਨ ਫੇਰ ਗਿਆ ਦਾ ਗਾਜ਼ੀ ਮੇਰੀ ਧੀ ਨੂੰ ਛੁੜਾ। ਬੜੀ ਬੋਲੋ ਅੱਬਾਸ, ਮੇਰੀ ਧੀ ਨੂੰ ਪਿਆ ਮਰਿੰਦੇ। ਕਈ ਗੱਲ ਸਰਕਾਰ ਵਫਾ ਦੀ ਲਾਸ਼ ਸ਼ਵੀਤ ਮਿੱਟੀ 'ਤੇ ਜਣੀ, ਅਤੇ ਕੱਪੇ ਗੱਲ 'ਚ ਆਵਾਜ਼ ਆਈ, ਭੇਣ ਭੇਰਾ ਦੀ ਚੁੱਪ ਜੋ ਖਾ। ਮੈਨੂੰ ਇੱਕ ਹਮਲੇ ਦੀ ਇਜਾਜ਼ਤ ਮਿਲ ਵੰਜੇ ਆ, ਕਹਿਣ ਦੀ ਜ਼ਰੂਰਤ ਆਈ, ਕੋਈ ਆਖਿਆ ਵਤਨ ਛੋੜ, ਕਹਿਣ ਦੀ ਜ਼ਰੂਰਤ ਆਈ, ਕੋਈ ਆਖਿਆ ਮਣ ਦਰਿਆ ਤੂੰ ਖੇਮੇ ਪੱਟ।
ਅਗਰ ਮੈਨੂੰ ਇਜਾਜ਼ਤ ਦੇਵੇ ਆ ਮੇਰੀ ਭੈਣ ਕੂਫਾ 'ਚ ਇੰਝ ਬੇਵਾ ਹੋ ਵੰਜੇ ਖਤਮ ਬਿਆਨ ਇੱਕ ਵੈਣ ਕਰਨੇ ਵੱਡੇ ਮਾਣ ਹਨ ਅਲੀ ਦੀਆਂ ਧੀਆਂ ਨੂੰ ਕਿਸ 'ਤੇ ਸਰਕਾਰੇ ਅੱਬਾਸ ਕੋਈ ਮਜ਼ਮੂਨ ਦਾ ਵਕਤ ਨਹੀਂ ਮੈਂ ਦੋ ਬੰਦ ਹੀ ਪੜਸ ਮਾਂ ਦੀ ਗੋਦ ਤੋਂ ਲੈ ਕੇ ਹੁਣ ਤੱਕ ਆਜ਼ਾਦਾਰੀ 'ਚ ਬੈਠੇ ਹੋ ਤੁਹਾਨੂੰ ਪਤਾ ਮੈਂ ਕਿਤਨਾ ਛੋੜ ਦਿੱਤਾ ਮਸ਼ਕ ਭਰੀ ਅਤੇ ਅਲਮ ਨਸਬ ਕੀਤਾ ਮਸ਼ਕ ਭਰ ਕੇ ਟੁਰਿਆ ਇਸ ਤੋਂ ਜ਼ਿਆਦਾ ਜਲਦੀ ਨਹੀਂ ਬੱਚੜੇ ਮਰਨ ਹਕੀਮ ਬਿਨ ਤੋਂ ਫੈਲਦੇ ਇਸ ਵਾਰ ਕੀਤਾ ਸੱਜਾ ਬਾਜ਼ੂ ਕਲਮ ਗਾਜ਼ੀਆ ਦੇ ਭੈਣ ਅਸਗਰ ਦੀ ਵੇਲ ਵਤ ਇਸ ਬੇਗੈਰ ਦੂਸਰਾ ਵਾਰ ਕੀਤਾ ਖੱਬਾ ਬਾਜ਼ੂ ਕਲਮ ਹੋਇਆ ਸਈਦਾ ਦੇ ਮਾਸੂਮਾਂ ਦੀ ਵੇਲ ਜਿਹੜੇ ਘੋੜੇ ਸਵਾਰ ਉਹ ਕੈਫੀਅਤ ਜ਼ਿਹਨ 'ਚ ਰੱਖਿਆ ਵੀ ਜੇ ਸਵਾਰ ਦੇ ਬਾਜ਼ੂ ਹੀ ਨਾ ਹੋਵੇ ਹੁਣ ਮਸ਼ਕ ਦੇ ਤਸਮੇ ਮੂੰਹ 'ਚ ਪਾਇਸ ਅਤੇ ਆਸਮਾਨ ਨੂੰ ਡਿੱਠਸ ਗਰੀਬਾਂ ਵਿਰਾ ਹੋ ਕੇ ਨੌਕਰ ਸੜਾਵਣ ਵਾਲਾ ਅੱਬਾਸ ਕਾਇਨਾਤ 'ਚ ਐਸੀ ਵਫਾ ਦੀ ਮਿਸਾਲ ਨਹੀਂ ਮਿਲਣੀ ਚਾਚਾ ਹੋ ਕੇ ਨੌਕਰ ਸੜਾਵਣ ਵਾਲਾ ਅੱਬਾਸ ਆਸਮਾਨ ਤੋਂ ਡੇਗ ਕੇ ਦੇ ਸਰਦਾਰ ਆਜ਼ਾਦੀ ਦਾ ਹੁਕਮੇ ਮਾਲਿਕ ਕਿਤਨੀ ਜ਼ਿੰਦਗੀ ਦੇ ਇਹ ਮਸ਼ਕ ਖੈਮੇ ਪਹੁੰਚ ਜਾਵੇ ਮੇਰੀ ਸਰਦਾਰ ਦੀ ਧੀ ਦਾ ਹੁਕਮ ਪੂਰਾ ਹੋ ਜਾਵੇ ਅਸਗਰ ਦੀ ਤਸ ਮੁਝ ਵੰਜੇ ਵਤ ਜ਼ਿੰਦਗੀ ਦੀ ਲੋੜ ਨਹੀਂ ਵਤ ਹਰਾਮੀ ਆਪਣੇ ਹਰਾਮੀ ਤੀਰ ਮਾਰਿਆ ਜਿਹੜਾ ਮਸ਼ਕ 'ਚ ਲੱਗਾ ਹੁਣ ਪਾਣੀ ਨਹੀਂ ਲੁੜਿਆ ਅੱਬਾਸ ਦੀ 32 ਸਾਲ ਦੀ ਮਿਹਨਤ ਬਲੋ ਧੀਆਂ ਦੇ ਪਰਦੇ ਕੁਰਬਾਨ ਕਰਾਂ ਲਾਹ ਨਿਕਲ ਗਈ ਫਜ਼ਲ ਦੇ ਬਾਬੇ ਦੀ ਰੋ ਕੇ ਪੈ ਸਰਦਾਰ ਆਜ਼ਾਦੀ ਨੌਕਰ 'ਤੇ ਰਾਜ਼ੀ ਰਵੇ ਮੇਰਾ ਬਸ ਇਹੋ ਕੁਝ ਲੱਗਦਾ ਸੀ ਸਾਡਾ ਅਕੀਦਾ ਨਹੀਂ ਯਕੀਨ ਹੈ ਬਈ ਸ਼ਾਮ ਵਾਲੀ ਬੀਬੀ ਆਉਂਦੇ ਨੇ ਅਗਰ ਸ਼ਾਮ ਵਾਲੀ ਸੈਣ ਆ ਸਕਦੀ ਹੈ ਤਾਂ ਲਾਹੌਰ ਵਾਲੀ ਸੈਣ ਨੂੰ ਦੇਰ ਨਹੀਂ ਲੱਗਦੀ ਉਹਦੇ ਵਿਰਾਹ ਦਾ ਲਾਣਾ ਪਿਆ ਪੜਦਾ ਮੇਰੀ ਜ਼ਰੂਰਤ ਨਹੀਂ ਗੁਰਬਤ ਦੇ ਦੋਵੈਣ ਕਰਨੇ ਸ਼ਾਲਾ ਬੀਬੀ ਤੁਹਾਨੂੰ ਦੁਆ ਦੇ ਕੇ ਜਾਵੇ ਇੱਥੇ ਮੰਜ਼ਰ ਖਯਾਮ ਵਿੱਚ ਅੱਬਾਸ ਦੀ ਭੈਣ ਰੁਕਈਆ ਲਾਹੌਰ ਵਾਲੀ ਬੀਬੀ ਹੱਕਲ ਮਾਰੀ ਅਲੀ ਦੀਆਂ ਧੀਆਂ ਅਲੀ ਦੀਆਂ ਨੂੰਹਾਂ ਜਿੰਨਾ ਅੱਗੇ ਮੇਰੇ ਵਿਰਾ ਅੱਬਾਸ ਨੂੰ ਸਵਾਰ ਹੁੰਦਾ ਡਿੱਠੇ ਆਓ ਨਾ ਹੁਣ ਲਾਂਦਾ ਵੇਖੋ ਮੇਰਾ ਪੜ੍ਹਨਾ ਸੌਖਾ ਤੁਹਾਡਾ ਸੁਣਨਾ ਸੌਖਾ ਤੜਪੀ ਅਲੀ ਦੀ ਮਰੀਅਮ ਮਿਜ਼ਾਜ ਬੇਟੀ ਕਰਬਲਾ ਦੀ ਸ਼ੇਰ ਦਿਲ ਖਾਤੂਨ ਬੀਬੀ ਪਾਕ ਪਿਆ ਦਿਨ ਅੱਬਾਸ ਅਤੇ ਲਾਹਣ ਦਾ ਜੋੜ ਤਾਂ ਨਹੀਂ ਲਾਹੌਰ ਵਾਲੀ ਬੀਬੀ ਜਿਹੜਾ ਜਵਾਬ ਦਿੱਤਾ ਉਹ ਜਵਾਬ ਸੁਣ ਲਿਆ ਅੱਖ ਜਾਣੇ 1400 ਮੀਲ ਦੀ ਥੱਕੀ ਹੋਈ ਸਹਿਣ ਜਾਣੇ ਬੀਬੀ ਆ ਦਿਲ ਲਈ ਨੌ ਲੱਖ ਫੌਜ ਤੂੰ ਲਾਂਦਾ ਗਾਜ਼ੀ ਉਹਦੀ ਮਾਂ ਤਲੀ ਦੀਆ ਧੀਆਂ ਦੇ ਇੱਕ ਪਲ ਵਿੱਚ ਚਲਾ ਦੁਨੀਆਂ ਦੇ ਕਹਿ ਗਾ ਮੈਂ ਹੁਣ ਮੈਂ ਸਦਕੇ ਹੋ ਜਾਵਾਂ ਹੁਣ ਮੈਂ ਸਦਕੇ ਉਹਦੀ ਮਾਂ ਤਲੀ ਦੀਆ ਧੀਆਂ ਦੇ ਇੱਕ ਪਲ ਵਿੱਚ ਮਾਂ ਦੀ
ਸਦਕੇ ਆਦਾ ਪੀਆਂ ਆਉਂਦੀ ਬੱਤਰੀ ਸਾਲ ਦੀ ਕੋਲ ਮਿਹਨਤ ਸਦਕੇ ਬੜੀ ਮਕਬੂਲ ਮਜਲਿਸ ਸ਼ਾਲਾ ਦੁਨੀਆ ਦੇ ਕਿਸੇ ਗਮ ਵਿੱਚ ਨਾ ਰਹੋ। ਇਹ ਥੋੜ੍ਹਾ ਜਿਹਾ ਆਵਾਜ਼ ਦੇ ਦੀ ਸੁਣ ਦਾ ਬਦੋ ਵੈਣ ਦੁਆ ਮੰਗੋ ਸ਼ਾਲਾ ਕੋਈ ਭਿਰਾ ਭਿਰਾ ਨੂੰ ਟੁਰਦਾ ਨਾ ਵੇਖੇ ਬਾਈ ਹਜ਼ਾਰ ਭਿਰਾ ਚੰਗੇ ਨਵੀਂ ਹੋਵੇ ਭਿਰਾ ਜ਼ੋਰੇ ਬਾਜੂ ਭਿਰਾ ਕਮਰ ਤਾਂ ਜ਼ੋਰ ਹੁੰਦੇ ਤੇ ਜਾਂਦਾ ਗਾਜ਼ੀ ਜੀ ਭਿਰਾ ਹੋਵੇ ਜਨੂੰ ਬੱਦੋ ਹੋਵੇ ਜੀਂਦਾ ਵਹਿੰਦਾ ਪਏ ਤੇ ਮਰ ਕੇ ਵਲਸੀ। ਹਰ ਬੰਦਾ ਜਾਣਦਾ ਸਾਹਿਬ ਕਿਤਾਬ ਸਾਹਿਬ ਵਫਾ ਦੀ ਸਵਾਰੀ ਦਾ ਨਾਮ ਅਸ਼ਲ ਲਿਖਿਆ ਸੈਯਦਾ ਦੇ ਅਸ਼ਲ ਮੈਨੂੰ ਉਸ ਪਾਸੇ ਲੈ ਵਾ ਜਿਹਦੇ ਲਾਂਦਾ ਮੈਨੂੰ ਅਕਬਰ ਦਾ ਬਾਬਾ ਨਾ ਵੇ ਉਹਦੀ ਵਜ੍ਹਾ ਅਕਬਰ ਦੀ ਮੌਤ ਦਾ ਮੁੱਕੋ ਕਾਸਿਮ ਦੇ ਟੁਕੜੇ ਤੋਂ ਚੁਣ ਕੇ ਥਕਾਇਆ ਮੈਨੂੰ ਵੇਖ ਸੀ ਬਰਦਾਸ਼ਤ ਨਾ ਕਰ ਸਿਓ ਇੱਜ਼ਤਾਂ ਨੇ ਗਾਜ਼ੀ ਦੇ ਘੋੜੇ ਨੇ ਦੌੜਨਾ ਸ਼ੁਰੂ ਕੀਤਾ ਜਿਹਨਾਂ ਮਾਤਮ ਕਰਨਾ ਜਦਾਂ ਸਵਾਰੀ ਸੋਜਤ ਦਾਖਿਲ ਹੋਈ ਸਾਰਾ ਦਾ ਪਦਰੋ ਉੱਚੇ ਜੇ ਟਿੱਬੇ ਤੇ ਜਣਿਆ ਮੁਲਤਾਨ ਲੋਹੀ ਉਹ ਜੀ ਅਵੇਣ ਕੀ ਤੋ ਜ਼ਮੀਨੇ ਕਰਬਲਾ ਸੁਸਲਾ ਸਦਕੇ ਹੋ ਜਾ ਮੈਂ ਜੀਂਦਾ ਨਹੀਂ ਮੈਡਾ ਚੰਨ ਗਾਜ਼ੀ ਮੰਡੀਲਾ ਸੜੇ ਹੱਥਾਂ ਬਸ ਦੋ ਜਾਂ ਚਾਰ ਮਿੰਟ ਹੋ ਗਈ ਮੇਰੇ ਸਦੀ ਮਜਲਿਸ ਜਿਹੜੇ ਜ਼ਾਹਿਰ ਗਵਾਹੀ ਦੇ ਸਨ ਹਾਸ਼ਮੀਆਂ 'ਚੋਂ ਸਭ ਤੋਂ ਦਰਾਜ਼ ਕੱਦ ਕਿਸ ਜਵਾਨ ਦੇ ਬੋਲ ਕੇ ਦੱਸੀ ਲੋਕਾਂ ਦੇ ਨਸ਼ੀਆ ਪਿੱਟਦੇ ਨੇ ਗਲਤ ਬਣਾ ਮੈਨੂੰ ਬੀਬੀ ਮਾਫ ਨਾ ਕਰ ਤੂੰ ਹਾਏ ਨਾ ਕਰ ਤੂੰ ਜਾਣ ਤੇ ਸਹਿਣ ਜਾਣੇ ਅਸਗਰ ਤੂੰ ਛੋਟੀ ਕਬਰਈ ਅੱਬਾਸ ਦੀ ਲਾਂਦੀ ਜਾ ਤੇ ਐਲਾਨ ਕਰਕੇ ਆ ਤੇ ਜਿਨਾ ਅਲੀ ਤੂੰ ਬਦਲੇ ਲਾਉਣੇ ਨਾ ਵਜ ਗਾਜ਼ੀ ਤੂੰ ਲੈ ਹਾਏ ਆ ਦਬੀਆਂ ਚਾਈਆਂ ਦੇ ਜਿਹੜੇ ਘੋੜੇ ਸਵਾਰ ਹੋ ਜਾਣਦੇ ਹੋ ਜਿਹਦੇ ਬਾਜ਼ੂ ਨਾ ਹੋਏ ਵਫਾ ਦਾ ਕੁਰਾਨ ਸੀ ਤੂੰ ਜ਼ਮੀਨ ਤੇ ਕਿਵੇਂ ਆਇਆ ਇੱਜ਼ਤਾਂ ਨੇ ਔਖਾ ਵਿਰਾ ਦੀ ਲਾਸ਼ ਤੇ ਆਇਆ ਹੁਸੈਨ ਗਾਜ਼ੀ ਦਾ ਸਰ ਝੋਲੀ ਪਾਇਆ ਗਾਜ਼ੀ ਸਮਝਾਏ ਹੁਸੈਨ ਲਾਸ਼ ਦਾ ਰਾਜਰੂ ਨਹੀਂ ਫਜ਼ਲ ਦਾ ਬਾਬਾ ਰੋ ਕੀ ਅਜੇ ਮੇਰੀ ਲਾਸ਼ ਨੱਚਾ ਸਦਕੇ ਮੈਂ
ਅਕਬਰ ਨਹੀਂ ਅੱਬਾਸ ਨੇ ਰੋ ਅਲਵਾਇਆ ਸੈਯਦਾ ਦਾ ਮੰਡੇ ਦਰਿਆ ਤੂੰ ਸਾਡੇ ਕਿਤਲੀਆਂ ਬਹੁਆਂ ਖਾ ਅਕਬਰ ਨੌਕਰਾਂ ਮੰਡੇ ਦਰਿਆ ਮੰਡੇ ਦਰਿਆ ਨੌਕਰਾਂ ਤੂੰ ਸਾਡੇ ਕਿਤਲੀਆਂ ਤੁਹਾਡੇ ਗੱਲ ਵਿੱਚ ਅਕਬਰ ਮਹੀਂ ਪਾਇਆ ਤੁਹਾਡਾ ਪੁੱਤਰ ਸਾਥ ਨਿਭਾਇਆ ਗਾਦੀਆ ਤੇ ਮੌਲਾ ਮੇਰੀ ਹੈ ਮਜਬੂਰੀ ਮੇਰੇ ਪਾਸ ਕੋਈ ਨਹੀਂ ਆ ਤੂੰ ਥੱਕਾ ਹੈ ਸਹਾਰਾ ਵਾਹ ਵਾਹ ਬੜੀ ਮਕਬੂਲ ਮਜਲਿਸ ਸਲਾ ਦੁਨੀਆ ਦੇ ਕਿਸੇ ਗਮ ਚ ਨਾ ਰਹਿਆ ਨੌਕਰ ਨੌਕਰ ਜੀ ਬਿਸਮਿਲ੍ਲਾ ਤੁਹਾਡੇ ਗੱਲ ਵਿੱਚ ਅਕਬਰ ਬਹੀ ਪਾਇਆ ਤੁਹਾਡਾ ਪੁੱਤਰ ਈਸਾ ਨਿਭਾਇਆ ਮੇਰੀ ਹੈ ਮਜਬੂਰੀ ਮੇਰੇ ਬਾਗੋ ਕੋਈ ਨਹੀਂ ਜੇ ਰੋਕਾ ਹੀ ਤੇ ਇੱਕ ਵੈਣ ਆਖਰੀ ਵੈਣ ਆਪਣੇ ਇੱਜ਼ਤ ਵਾਲੇ ਬਜ਼ੁਰਗ ਭਾਈ ਨੂੰ ਮਿੰਬਰ ਦੇਵਾਂ ਸਲਾ ਦੁਨੀਆ ਦੇ ਕਿਸੇ ਗਮ ਵਿੱਚ ਨਾ ਰੋਵੇ ਮਰ ਕਿਸੇ ਵੀ ਨਹੀਂ ਜਾਣਾ ਅਜੀਬ ਮੰਜ਼ਰ ਆਈ ਜਦਾ ਗਾਜ਼ੀ ਦਾ ਸਰ ਝੋਲੀ ਤੇ ਹੁਸੈਨ ਆਖੇ ਮੈਂ ਗਰੀਬਾਂ ਉਮਰ ਬਨੇ ਇੰਦ ਵਫਾਦਾਰ ਪੁੱਤਰ ਦੀ ਲਾਸ਼ ਤੜਪੀ ਸੈਯਦਾ ਦਾ ਸਰਦਾਰ ਮੇਰੀ ਅੱਖ ਚੁਰੇ ਤੇ ਰੱਤ ਸਫਾ ਕਰ ਨਵੇਂ ਨਾ ਗਰੀਬ ਕਿਵੇਂ ਆਉਂਦੇ ਹਾਂ ਮੈਂ ਸਦਕੇ ਹੋ ਜਾਵਾਂ ਹੁਣ ਜਦੋਂ ਵੀ ਜੁਏ ਸੈਯਦਾ ਚਾਹੁੰਦੇ ਹਾਂ ਲੱਤ ਲਿਓ ਸ਼ਬੀਰ ਅੱਖ ਚੁਰੇ ਤੇ ਰੱਤ ਸਫਾ ਕੀਤੀ ਤਰੇ ਤੀਰ ਕੱਢਿਆ ਅੱਬਾ ਉਸਦੀ ਲਾਸ਼ ਤੱਪੀ ਸੈਯਦਾ ਦੇ ਖਾਲੀ ਵੱਲੀ ਹੋਈ ਮਾਂ ਦਾ ਪੁੱਤਰੇ ਮਿਲਤ ਲੈ ਅੱਜ ਖਾਲੀ ਨਾ ਵਲਾ ਅੱਜ ਨੌਕਰ ਪਿੰਦੇ ਆ ਸਾਰੀ ਜ਼ਿੰਦਗੀ ਨੌਕਰੀ ਕੀਤੀ ਹੈ ਅੱਜ ਨੌਕਰ ਕੀਮਤ ਮੰਗਦਾ ਹੁਸੈਨ ਆ ਦਿਨ ਮੰਗ ਬਚਣਾ ਰੋਕ ਗਿਆ ਤੇ ਮੇਰੇ ਕੋਲ ਨਾ ਬਹੇ ਵਾਂਗ ਜਲਦੀ ਖੈਮੇ ਇਹ ਨੀ ਕਲੀਆਂ ਜ਼ਹਰਾ ਜਾਈਆਂ ਫੌਜਾਂ ਦੀਆਂ ਹਾਏ ਤੇਰੀਆਂ ਭੇੜਾਂ ਤੇ ਭਰੇ